ਤੁਹਾਨੂੰ ਦਿਖਾਉਣਾ ਮੈਂ ਗ੍ਰਾਈਂਡਰ ਜੰਤਰ ਕਿਹੜਾ ਮੇਰੇ ਕੋਲ ਤੇ ਹੁਣ ਸਾਰਾ ਇਹ ਘਾਹ ਆਪੋ ਵੱਢਣਾ ਇਹਦੇ ਨਾਲ ਹੀ ਵੱਢਣਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਵੱਢਣ ਲੱਗੇ ਹਾਂ ਘਾਹ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਆਪਾਂ ਵੱਢਾਂਗੇ ਗ੍ਰਾਈਂਡਰ ਨਾਲ ਮੈਂ ਤੁਹਾਨੂੰ ਜੰਤਰ ਦਿਖਾਉਣਾ ਕਿਹੜਾ ਜੰਤਰ ਆ ਉਹ ਤੇ ਇਸੇ ਤਰ੍ਹਾਂ ਤੁਸੀਂ ਪਿਆਰ ਬਣਾਈ ਰੱਖਿਓ ਤੇ ਵੀਡੀਓ ਨੂੰ ਪੂਰੀ ਦੇਖਿਓ ਜਿਹੜੇ ਮੇਰੇ ਭਰਾ ਨਵੇਂ ਆਏ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੱਬ ਦਿਓ ਗ੍ਰਾਈਂਡਰ ਨੂੰ ਮੈਂ ਆਹ ਲਾਇਆ ਹਾਂ ਟਾਇਰ ਤੇ ਇਹਦੇ ਨਾਲ ਇੱਕ ਐਡਾ ਹੱਥੀ ਆਹ ਲਾਈ ਹੋਈ ਨਾਲ ਪਰ ਇਹਦੇ ਮੂਰੇ ਮੈਂ ਸਿਸਟਮ ਜਿਹਾ ਲਾ ਤਾ ਬਣਾ ਕੇ ਤੇ ਇਹਦੇ ਵਿੱਚ ਆਹ ਪੈ ਜਾਂਦੀ ਆ ਜਿਹੜੀ ਉਹ ਕਟਰ ਦੇ ਮੂਰੇ ਲੱਗਦੀ ਹੁੰਦੀ ਆ ਪਲਾਸਟਿਕ ਦੀ ਤੇ ਘੁੰਮਦੀ ਆ ਤੇ ਗ੍ਰਾਈਂਡਰ ਫਿਰ ਵਧੀਆ ਘਾਹ ਘੂ ਵੱਢ ਦਿੰਦਾ ਛੋਟੀ ਮੋਟੀ ਪਾਰਕ ਤਾਂ ਮੈਂ ਕਈ ਵਾਰ ਇਹਦੇ ਨਾਲ ਸੈੱਟ ਕੀਤੀ ਹੈ ਪਰ ਹੁਣ ਅੱਜ ਥੋੜ੍ਹਾ ਜਿਹਾ ਬੜਾ ਟਾਸਕ ਆ ਗਿਆ ਇਹਦੇ ਮੂਰੇ ਆਪਾਂ ਗਏ ਹੋਏ ਦੀ ਕੰਮਾਂ ਕਾਰਾਂ ਚੱਲਦੇ ਰਹੇ ਤੇ ਭਰਾ ਕਹਿੰਦਾ ਵੀ ਸਪਰੇਅ ਕਰ ਦਿੰਦਾ ਮੈਂ ਹਾਂ ਵੀ ਸਪਰੇਅ ਨਹੀਂ ਕਰਦੀ ਵੀ ਇੰਨੇ ਸਾਲ ਹੋ ਗਏ ਆਪਾਂ ਨੂੰ ਇੱਥੇ ਔਰਗੈਨਿਕ ਚੀਜ਼ਾਂ ਲਾਉਂਦੇ ਨੂੰ ਮੈਂ ਬਿਜ਼ੀ ਸੀਗਾ ਵੀ ਹੁਣ ਆਪਾਂ ਸਪਰੇਅ ਨਹੀਂ ਕਦੇ ਵੀ ਕਰਨੀ ਇਹਦੇ ਨਾਲ ਦਾ ਇੱਕ ਕਟਰ ਮੈਂ ਔਨਲਾਈਨ ਦੇਖਿਆ ਸੀਗਾ ਵੀ ਪਰ ਉਹ ਮਹਿੰਗਾ ਹੋਣ ਕਰਕੇ ਮੈਂ ਨਹੀਂ ਲਿਆ ਮੈਂ ਹਲੇ ਸੋਚਿਆ ਵੀ ਇਹਦੇ ਨਾਲ ਕੰਮ ਸਰਨਾ ਜੇ ਪਾਸ ਹੋ ਗਿਆ ਠੀਕ ਹੈ ਨਹੀਂ ਫਿਰ ਉਹ ਲੈਣਾ ਪਊਗਾ ਦੇਖਦੇ ਹਾਂ ਹੁਣ ਆਪਾਂ ਇਹ ਪਾਸ ਹੁੰਦਾ ਜਾਂ ਨਹੀਂ ਨੋਰਮਲ ਗ੍ਰਾਈਂਡਰ ਜਿਹੜਾ ਆਪਾਂ 2000 ਰੁਪਏ ਦਾ ਆਪਾਂ ਨੂੰ ਬਾਜ਼ਾਰ 'ਚੋਂ ਮਿਲ ਜਾਂਦਾ ਬਾਕੀ ਆ ਸਮਾਨ ਜਿਹੜਾ ਮੈਂ ਮੂਰੇ ਇਹਦੇ ਲਾਇਆ ਉਹ ਆ ਦੇਖਦੇ ਹਾਂ ਕਿੱਦਾਂ ਵੱਢ ਹੁੰਦਾ ਅਤੇ ਆ ਜਾਓ ਫਿਰ ਵੱਢੀਏ ਕਰਦੇ ਹਾਂ ਜੀ ਸ਼ੁਰੂ ਤਾਰ ਲਈ ਆਪਾਂ ਲਾ ਅਤੇ ਹੁਣ ਕਰਦੇ ਹਾਂ ਸਟਾਰਟਿੰਗ ਥੋੜ੍ਹੀ ਥੋੜ੍ਹੀ ਹੌਲੀ ਹੌਲੀ ਸ਼ੁਰੂ ਕਰਦੇ ਹਾਂ ਕੰਮ ਆ ਕਾਫੀ ਜ਼ਿਆਦੇ ਚੱਲ ਜੀ ਜੀ ਪਾਸ ਹੋ ਗਈ ਸਕੀਮ ਤਾਰ ਫਸ ਗਈ ਮੈਂ ਤਾਰ ਕੱਢ ਲਾ ਨਾਲੇ ਲਾ ਦਾਂ ਟਾਈਮ ਲੈਪਸ ਆ ਦੇਖੋ ਗ੍ਰਾਈਂਡਰ ਦੀ ਮੇਰੇ ਕੋਲ ਰਹਿ ਗਈ ਥੋੜ੍ਹੀ ਜਿਹੀ ਤਾਰ ਛੋਟੀ ਹੁਣ ਮੈਂ ਤਾਰ ਲਿਆਵਾਂ ਨਾਲੇ ਮੈਨੂੰ ਸ਼ਿੰਦੇ ਦਾ ਫੋਨ ਆ ਗਿਆ ਉਹ ਕਹਿੰਦਾ ਮਾੜਾ ਜਿਹਾ ਕੋਠੀ 'ਚ ਨਿਵਾਂ ਭਰਨੀ ਆ ਉਹ ਆ ਗਏ ਮਿਸਤਰੀ ਅਤੇ ਨਿਸ਼ਾਨੀਆਂ ਜਿਹੀਆਂ ਲਵਾਇਆ ਵਾ ਮੈਂ ਦੇਖ ਲਓ ਕਿੱਡਾ ਕਿੱਡਾ ਘਾਹ ਹੈ ਸਭ ਚੱਕ ਤੇ ਰੋ ਗਏ ਨੇ ਐਂ ਬਣਾ ਤਾ ਗੁੰਦਰਾ ਨਾਲੇ ਹੁਣ ਮੈਂ ਲਿਆਵਾਂ ਤਾਰ ਅਤੇ ਨਾਲੇ ਇਹਦੀਆਂ ਨਿਵਾਂ ਦੀਆਂ ਨਿਸ਼ਾਨੀਆਂ ਲਵਾਇਆ ਵਾਂ ਦੋਸਤ ਹੈ ਮੇਰਾ ਕੋਰੀਏ ਤੋਂ ਆਇਆ ਅਤੇ ਉਹ ਕਹਿੰਦਾ ਜ਼ਰੂਰ ਆ ਛੇਤੀ ਮਿਸਤਰੀ ਆ ਗਏ ਹੁਣ ਉੱਥੇ ਇਹਦੀਆਂ ਨਿਸ਼ਾਨੀਆਂ ਲਵਾਇਆ ਵਾਂ ਦੇਖ ਲਓ ਕਿੱਡਾ ਕਿੱਡਾ ਘਾਹ ਹੈ ਸਾਰਾ ਚੱਕ ਦੇ ਹੁਣ ਆਪਾਂ ਆ ਗਏ ਅਤੇ ਆ ਜਾਓ ਫਿਰ ਉਹਦੀਆਂ ਨਿਉਂ ਦੀਆਂ ਨਿਸ਼ਾਨੀਆਂ ਲਵਾਇਆ ਜੀ ਇਹ ਸਾਡੇ ਸਾਰੇ ਟੱਬਰ ਦੇ ਘਰ ਆ ਇੱਕੋ ਲਾਈਨ 'ਚ ਉਹ ਖੁੰਜੇ ਤੋਂ ਲੈ ਕੇ ਉਹ ਖੁੰਜੇ ਤੱਕ ਸਾਡੀ ਉਹ ਲੈਣਾ ਹੈ ਅਤੇ ਇੱਧਰ ਹੁਣ ਅਸੀਂ ਆਪਣਾ ਆਪਣੀ ਮੋਟਰ 'ਤੇ ਨਹੀਂ ਜਾਂਦਾ ਹੈ ਅਤੇ ਯਾਤੀ ਸੇਠ ਵੀ ਆਇਆ ਹੋਇਆ ਇੱਥੇ ਮੇਰਾ ਸਾਜੂ ਖੜ੍ਹਾ ਅਤੇ ਉਹ ਸਾਹਮਣੇ ਖੜ੍ਹਾ ਬੜਾ ਵੀਰ ਜੀ ਸਾਡਾ ਅਤੇ ਹੁਣ ਆਪਾਂ ਜੀ ਨਿਸ਼ਾਨੀਆਂ ਲਵਾਉਣ ਆਏ ਹਾਂ ਲਾਉਣਾ ਸਾਨੂੰ ਹਾਂ ਜੀ ਕੀ ਹਾਲ ਹੈ ਬਾਈ ਸਾਡਾ ਯਾਦ ਸਿੰਘ ਆ ਗਿਆ ਮੈਂ ਸ਼ਿੰਦੇ ਕੋ ਕੋਠੀ 'ਚ ਇੱਥੇ ਮਿਸਤਰੀ ਆਇਆ ਨਿਵਾਂ ਪੱਟੇ ਆ ਚਾਹ ਬਣਾਈ ਆ ਨੇ ਕਈ ਸਾਲ ਲਾ ਗਿਆ ਪੂਰੀ ਮਿਹਨਤ ਕਰਕੇ ਕੋਠੀ ਬਣਾਈ ਆ ਇੱਥੇ ਹੁਣ ਆਹ ਨਿਵਾਂ ਪੱਟਣ ਲੱਗਿਆ ਸੀ ਹੁਣ ਅੱਜ ਬਾਉਂਡਰੀ ਹੋਣੀ ਆ ਜੀ ਉਹ ਕਹਿੰਦੇ ਤਾਂ ਅਸੀਂ ਨਿਸ਼ਾਨੀਆਂ ਜਿਹੀਆਂ ਲਵਾ ਕੇ ਮੈਂ ਇੱਥੇ ਜਾਣਾ ਉੱਥੇ ਕਰਦੇ ਹਾਂ ਉੱਥੇ ਸਫਾਈ ਦੁਬਾਰਾ ਫਿਰ ਜਾ ਕੇ 5 ਮਿੰਟ ਲੱਗਣਗੇ ਇੱਥੇ ਛੋਟਾ ਇੰਚੀ ਟੇਬਲ ਲਿਆ ਕੇ ਉਹ ਮਿਲ ਲਾ ਉਹ ਸੂਤ ਜਿਹੜਾ ਗੱਡੀ ਉਹ ਬੰਨਿਆ ਹੋਇਆ ਇੱਧਰ ਨੂੰ ਨਾ ਨਾ ਚੈੱਕ ਕਰ ਲਾ ਤੂੰ ਹਾਂ ਇੱਥੋਂ ਮੈਨੂੰ ਥੋੜ੍ਹਾ ਫਰਕ ਲੱਗਦਾ ਪਰ ਉਹ ਨੇੜੇ ਆ ਇੱਥੋਂ ਥੋੜ੍ਹਾ ਦੂਰ ਹੈ 6 ਮਿੰਟ ਕਿਆ ਕੇ ਗਾ ਇੱਟ ਜੀ ਛਿੰਦੇ ਪਰੇ ਕਰਦੇ ਆ ਕਿੰਨਾ ਫਰਕ ਹੈ ਹੈ ਨਹੀਂ ਗੁਣੀਆਂ 'ਚ ਦੇਖਣ ਨੂੰ ਵੀ ਲੱਗਦੀ ਹੈ ਨਾ ਫਿਰ ਜੇ ਬਾਉਂਡਰੀ ਹੋ ਜਾਣੀ ਫਿਰ ਵੱਧ ਦਿਖਣੀ ਆ ਇਹ ਆਹ ਚੱਕਰ ਆ ਉੱਧਰ ਨੂੰ ਜਾਊ ਪਿੱਛੇ ਨੂੰ ਹੈ ਨਾ ਇਹਨੂੰ ਬੇਸ਼ੱਕ ਜਾਏ ਥੋੜ੍ਹਾ ਜਿਹਾ ਇੱਧਰ ਕੱਢ ਲਾ
ये तो इन्हें ही चक्की आ कितना फर्क है दा हाँ कढ़ना पैना अपन ताही करो इन पहला इधर इन करो इधर ओ इट तो चक दी असी क्यों सानू लगता जी भी इधर नू जाना है थोड़ा जा अंदर नू अंदर नू इधर नू हाँ दो इंच कट के इधर नू कर दे हलतर गड 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 निकल गया गुणिया ते हुण आपां चलदे आं बादी च फिर घा पटदे आं जाके लड्डू आ गए मत्था टेकण लगे आ मिस्त्री कहिंदा खाली नहीं टेकी दा गल तां ठीक है मिस्त्री दी रख भाई आया नहीं हले लैके आउंदा समान अंदरों लैके मनी 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 लो जी टेको मत्था हुण वाहेगुरू दा नाम लैके कर दो शुरू जय बाबे ਤੇ ਸ਼ਿੰਦਾ ਸੇਠ ਨੇ ਤਾਂ ਸਾਰੀ ਦਿਹਾੜੀ ਲਾਤੀ ਪਹਿਲਾਂ ਤਾਂ ਨਿਆਣਿਆਂ ਨੇ ਨਿਸ਼ਾਨੀਆਂ ਲਵਾਈਆਂ ਫਿਰ ਚਲੇ ਗਏ ਅਸੀਂ ਖਵਾਣ ਸਮਾਨ ਲੈਣ ਸਾਰਾ ਉੱਥੇ ਸਮਾਨ ਸਮੂਨ ਸਮੈਂਟ ਸਮੁੰਟ ਦਾ ਕਰਕੇ ਆਰਡਰ ਆ ਗਏ ਸੂਰਜ ਛਿਪਣੇ ਵਾਲਾ ਹੋ ਗਿਆ ਸਵੇਰ ਦੇ ਗਏ ਹੁਣ ਹੋ ਗਏ ਸ਼ਾਮ ਹੋ ਗਈ ਅਤੇ ਹੁਣ ਆਏ ਹਾਂ ਅਸੀਂ ਅਤੇ ਖੈਰ ਚਲੋ ਆਪਣਾ ਕੰਮ ਛੱਡ ਕੇ ਹੀ ਦੂਏ ਦਾ ਘਰ ਹੁੰਦਾ ਜੇ ਆਪਾਂ ਨਾ ਜਾਂਦੇ ਫਿਰ ਉਹਨੇ ਗੁੱਸੇ ਹੋ ਜਾਣਾ ਸੀਗਾ ਮੌਸਮ ਵੀ ਵਧੀਆ ਹੋਇਆ ਉੱਪਰ ਬੱਦਲ ਹੋਏ ਪਏ ਨੇ ਹੁਣ ਯਾਰੀ ਦੋਸਤੀ ਵਿੱਚ ਇੰਨਾ ਕਰਨਾ ਪੈਂਦਾ ਕੋਈ ਗੱਲ ਨਹੀਂ ਇਹਨੂੰ ਆਪਾਂ ਸਵੇਰੇ ਵੀ ਕਰ ਲਾਂਗੇ ਜਿੰਨਾ ਕੁ ਹੁਣ ਹੋ ਗਿਆ ਮੈਂ ਹੁਣ ਕਰਦਾ ਅਤੇ ਬਣਾਉਂਦੇ ਇਹਦੀ ਗੱਲਬਾਤ ਹੈ ਰਿਜ਼ਲਟ ਵੈਸੇ ਵਧੀਆ ਆਇਆ ਦੇਖੋ ਐਨ ਫੂਸੜਾ ਤਾ ਦੋਸਤੋ ਜਿਹਨੇ ਗਰੈਂਡਰ ਨਹੀਂ ਚਲਾਇਆ ਉਹ ਘਰ ਟਰਾਈ ਨਾ ਕਰਿਓ ਕਿਉਂਕਿ ਰੋੜੀ ਜਿਹੜੀ ਇਹਦੇ ਸੰਪਰਕ 'ਚ ਆ ਗਈ ਚੱਕ ਕੇ ਮੂੰਹ 'ਤੇ ਮਾਰਦਾ ਹੈ ਕਈ ਵਾਰ ਤੋ ਦੋਸਤੋ ਆਹ ਸੀਗਾ ਥੋੜ੍ਹਾ ਜਿਹਾ ਰਹਿ ਗਿਆ ਇੰਨਾ ਕੁ ਸਾਰਾ ਹੀ ਕੰਮ ਹੋ ਗਿਆ ਗੜਬੜ ਆਪਣਾ ਗਰੈਂਡਰ ਹੋ ਗਿਆ ਖਰਾਬ ਅਤੇ ਹੁਣ ਮੈਂ ਇਹਨੂੰ ਲਿਜਾਂਦਾ ਮਿਸਤਰੀ ਕੋਲ ਹੋ ਗਿਆ ਥੋੜ੍ਹਾ ਜਿਹਾ ਮੈਂ ਆਪ ਵੱਡੇ ਲਾ ਲਏ ਵੀ ਚੱਲ ਛੇਤੀ ਨਿਬੜੂ ਕੰਮ ਹੁਣ ਤਾਂ ਚੱਲ ਕੰਮ ਤਾਂ ਵਧੀਆ ਨਿਬੜਦਾ ਸੀ ਪਰ ਇਹਨੂੰ ਇਹ ਥੋੜ੍ਹਾ ਲੋਡ ਮੰਨ ਗਿਆ ਇਹਦੇ ਸੇਕ ਲੱਗ ਗਿਆ ਗਰਮ ਹੋ ਗਿਆ ਅੱਗ ਜੀ ਨਿਕਲ ਗਈ ਵਿੱਚੋਂ ਅਤੇ ਹੁਣ ਮੈਂ ਚੱਲਿਆ ਮਿਸਤਰੀ ਕੋਲ ਅਤੇ ਦਿਖਾ ਕੇ ਲਿਆਉਂਦਾ ਮਤਲਬ ਇੰਨੇ ਜੋਗਾ ਹੈ ਨਹੀਂ ਪਰ ਫਿਰ ਵੀ ਇਹਨੇ ਕਾਫੀ ਕੰਮ ਕਰਤਾ ਅਤੇ ਹੁਣ ਇਹਦਾ ਆਰਮੇਚਰ ਪਊਗਾ ਸੋ ਹੁਣ ਇਹਨੂੰ ਜਾਊਗਾ ਇਹ ਮਿਸਤਰੀ ਕੋਲ ਬਿਮਾਰ ਹੋ ਗਿਆ ਹੁੰਦਾ ਵਧੀਆ ਚੱਲਿਆ ਚੀਜ਼ ਛੋਟੀ ਰੱਖਦਾ ਫਿਰ ਇਹਨੇ ਕੰਮ ਦੇ ਦੇਣਾ ਸੀ ਚਲੋ ਖੈਰ ਕੋਈ ਗੱਲ ਨਹੀਂ ਸੋ ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।